हां जी हुण दसो भी तुहाडा की मसला की आ। ओही मसला जोर साहब, फिर आ चंगी मैं कपत्ती औरत कर बैठा वा। की होया मेरे घर सुकून ही नहीं हैगा। की गल की आ पुत, गल कोई एक होवे ते दसा, जो सवेर तो टाड़ 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 करना शुरू हुंदी आ, बंद ही नहीं हुंदी, सिर खा लिया मेरा ते। ਇਹ ਤੇ ਬਿਲਕੁਲ ਚਦਰਾਣੀ ਵਾਲਾ ਸਿਸਟਮ। ਬਕਵਾਸ ਨਾ ਕਰਿਆ ਕਰ ਸ਼ਫੀ, ਜਦੋਂ ਗੱਲ ਹੁੰਦੀ ਹੁੰਦੀ ਹੈ ਨਾ ਉਦੋਂ ਸੀਰੀਅਸ ਰਿਆ ਕਰ। ਨਹੀਂ ਨਹੀਂ ਚਦਰਾਣੀ, ਇਹ ਕੀ ਗੱਲ ਕੀ ਆ, ਅਸਲ ਵਜੂਹਾਤ ਕੀ ਆ, ਲੜਾਈ ਕਿਸ ਗੱਲ ਤੋਂ ਵਧੀ ਆ? ਬਈ ਲੜਾਈ ਚਾਲੂ ਸਾਹਿਬ ਕਿਸੇ ਇੱਕ ਗੱਲ ਦੀ ਹੋਵੇ ਤੇ ਫੇਰ ਹੀ ਆ। ਅੱਛਾ, ਜੋਰ ਸਾਹਿਬ ਘਰ ਰੋਟੀ ਨਹੀਂ ਹੈਗੀ ਤੇ ਤਾਂ ਲੜੇ, ਇਹਨੂੰ ਕੱਪੜਾ ਜੁੱਤੀ ਨਹੀਂ ਮਿਲਦੀ ਤੇ ਤਾਂ ਲੜੇ, ਇਹ ਐਵੇਂ ਨਜਾਇਜ਼ ਹੀ ਮੇਰੀ ਮਾਂ ਦੀਆਂ ਗੱਲਾਂ ਮੇਰੇ ਸਾਹਮਣੇ ਲਿਆ ਹੁੰਦੀ ਆ? ਬਈ ਸੱਸ ਵਾ ਮੇਰੀ ਮਾਂ, ਮੈਂ ਇਹਦਾ ਕਰਕੇ ਮਾਂ ਛੱਡ ਦੇ ਆਪਣੀ? ਨਾ 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 ਨਾ, ਮਾਂ ਕੋ ਛੱਡਣੀ ਆ? ਇਹ ਛਡਾਉਣਾ ਚਾਹੁੰਦੀ ਆ? ਹਾਂ, ਕਿਸ ਗੱਲ ਤੋਂ ਕੁੜੀਏ ਤੂੰ ਛਡਾਉਣਾ ਚਾਹੁੰਦੀ ਆ? ਮੈਂ ਕਿ ਚੋਈਸਾ ਵਿਆਹ ਕਰਦਾ ਨੀਰੀ, ਬਕਵਾਸ, ਇਹਨੇ ਖਲੋਣਾ ਇਲੈਕਸ਼ਨ 'ਚ ਤੇ ਮੈਂ ਇਹਨੂੰ ਇਲੈਕਸ਼ਨ 'ਚ ਖਲੋਣ ਨਹੀਂ ਦੇਣਾ। ਤੇ ਰਹੀ ਸੱਸ ਦੀ ਗੱਲ, ਤੇਰੀ ਮਾਂ ਹੈ ਹੀ ਇਸੇ ਲੈਕ, ਜਦੋਂ ਨੌਵਾਂ ਦੀ ਅਸੀਂ ਵੀ ਤੇ ਕਿਸੇ ਦੀ ਧੀਆਂ ਨਾ, ਹਾਂ ਬਿਲਕੁਲ, ਜਦੋਂ ਕਿਸੇ ਦੀ ਧੀ ਲਿਆਉਂਗੇ ਉਹਦੀ ਇੱਜ਼ਤ ਕਰੋ, ਠੀਕ ਹੈ? ਉਹ ਮੈਨੂੰ ਉਲਟੀਆਂ ਸਿੱਧੀਆਂ ਗੱਲਾਂ ਕਰਦੀ ਏ, ਧੀਏ ਘਰੋਂ ਬਾਹਰ ਨਹੀਂ ਨਿਕਲਣਾ, ਫਲਾਨ ਨਹੀਂ ਕਰਨਾ। ਮੈਂ ਤੁਹਾਨੂੰ ਪਤਾ ਮੈਂ ਸ਼ਹਿਰ ਦੀ ਪੜ੍ਹੀ ਲਿਖੀ ਔਰਤ ਹੈਗੀ ਆ, ਮੇਰਾ ਨਹੀਂ ਪਿੰਡ 'ਚ ਗੁਜ਼ਾਰਾ ਹੈਗਾ। ਉਹਦੇ ਵਿੱਚ ਬੇਟਾ ਇਹ ਹੈਗਾ, ਦੇਖੋ ਤੁਹਾਡੀ ਵਾਲਦਾ ਤੁਹਾਨੂੰ ਜਦੋਂ ਸਮਝਾਉਂਦੀ ਆ, ਤੁਹਾਨੂੰ ਉਹ ਮਾਰਦੀ ਵੀ ਆ, ਕੁੱਟਦੀ ਵੀ ਆ, ਤੁਸੀਂ ਉਹਦੇ ਅੱਗੇ ਕਿੰਨਾ ਕੁ ਬੋਲਦੇ ਹੋ? ਤੁਸੀਂ ਘੰਟਾ ਹੋਰ ਲਾਓ। ਉਹ ਇੱਕ ਮਿੰਟ ਜ਼ਰਾ, ਕਿੰਨਾ ਮੈਂ ਕਹਿਣ ਦਿਆਂ, ਜਦ ਮੈਂ ਗੱਲ ਕਰਾਂ ਚੁੱਪ ਕਰ ਜਾ। ਮੈਂ ਇਹਦੇ ਨਾਲ ਜੁੱਤੀ ਨਾ ਲਾਵਾਂ। ਓਏ ਓਏ, ਇੱਥੇ ਨਾ ਵੱਡੇ ਵੱਡੇ ਚੌਧਰੀ ਦੇ ਡੇਰੇ ਤੇ ਇਦਾਂ ਦਾ ਕੰਮ ਨਹੀਂ ਕਰਨਾ। ਸਮਝ ਲੱਗੀ ਕਿ ਜਦ ਮੈਂ ਗੱਲ ਕਰਨਿਆ ਤੂੰ ਆਪਣਾ ਮੂੰਹ ਬੰਦ ਰੱਖ। ਓਏ ਮੈਨੂੰ ਜਦੋਂ ਆਪਣੀ ਵਾਲਦਾ ਤੇਰੀ ਸਮਝਾਉਂਦੀ ਆ, ਠੀਕ ਆ ਕਿ ਨਹੀਂ, ਉਹ ਮਾਰਦੀ ਵੀ ਆ, ਕੁੱਟਦੀ ਵੀ ਆ, ਬੁਰਾ ਭਲਾ ਵੀ ਕਹਿੰਦੀ ਆ, ਤੁਸੀਂ ਉਹਦੇ ਸਾਹਮਣੇ ਕਿੰਨਾ ਕੁ ਬੋਲਦੇ ਹੋ? ਮੈਂ ਨਹੀਂ ਬੋਲਦੀ ਚੋਈ ਸਾਹਿਬ। ਤੁਸੀਂ ਨਹੀਂ ਨਹੀਂ ਬੋਲਦੇ ਇਸੇ ਤਰੀਕੇ ਦੇ ਨਾਲ। ਜਦੋਂ ਦੂਸਰੇ ਘਰ ਜਾਣਾ ਨਾ, ਉਹ ਮਾਂ ਛੱਡਦੀ ਤੇ ਅਗਲੇ ਘਰ ਜਿਹੜੀ ਹੁੰਦੀ ਆ ਉਹ ਵੀ ਮਾਂ ਹੁੰਦੀ ਆ। ਜਦੋਂ ਤੁਸੀਂ ਆਪਣੀ ਮਾਂ ਨੂੰ ਦੇਖਣਾ ਨਾ ਵੀ ਉਹਦੇ ਅੱਗੇ ਨਹੀਂ ਬੋਲਣਾ, ਆਪਣੀ ਮਾਂ ਅੱਗੇ ਜਦੋਂ ਇਹ ਮਾਂ ਨੂੰ ਮਾਂ ਸਮਝਣਾ ਨਾ, ਉਦੋਂ ਤੁਹਾਡੇ ਦਿਲ ਨੂੰ ਰੁੱਗ ਪੈ ਜਾਣਾ ਜਦੋਂ ਕੋਈ ਐਸੀ ਗੱਲ ਕਰਨੀ ਹੈ। ਇਸ ਵਾਸਤੇ ਜਦੋਂ ਪੁੱਤ ਚਲ ਜਾਈਏ ਨਾ, ਫਿਰ ਮਾਂ ਨੂੰ ਮਾਂ ਸਮਝੀਦਾ। ਜੇ ਬੁਰਾ ਭਲਾ ਕਹਿੰਦੀ ਹੈ ਤੇ ਕਿੰਨੀ ਕੁ ਦੇਰ ਕਹਿ ਲੇਗੀ? ਆਖਰ ਮਾਂ ਆ। ਉਹ ਚੋਈ ਸਾਹਿਬ ਬੜੀਆਂ ਗਲਤ ਗੱਲਾਂ ਕਰਦੀ ਹੈ ਤੇ ਇਹਨੇ ਇਲੈਕਸ਼ਨ 'ਚ ਖਲੋਣੀ ਨੂੰ ਘਰ 'ਚ ਦੂਜੀ ਗੱਲ ਸਾਲਣ ਨਹੀਂ ਮਿਲਦਾ, ਇਹਨੂੰ ਮੈਂ ਇਲੈਕਸ਼ਨ 'ਚ ਕਿਵੇਂ ਖਲੋਂਦਾ ਵਾਂ? ਸਾਲਣ ਦੇਣਾ ਕਿੰਨੇ, ਇਹਨੇ ਦੇਣਾ ਵਾ, ਇਹ ਕਦੋਂ ਦਿੰਦੀ ਆ ਸਾਲਣ? ਮੈਂ ਪੇਟੀ 'ਚੋਂ ਨਵੀਂ ਰਜਾਈ ਕੱਢ ਕੇ ਆਪਣੀ ਅੰਮੀ ਦੇ ਉੱਤੇ ਕੀ ਦੇ ਬੈਠਾ, ਇਹਨੇ ਬਾਕੀ ਦੀਆਂ ਰਜਾਈਆਂ ਮੇਰੇ ਸੁੱਟ ਕੇ ਤੇ ਨਾਲ ਜੁੱਤੀ ਲਾ ਲਈ ਤੇ ਹੋਰ ਮੇਰੇ ਪੇਕੇ ਨੇ ਦਿੱਤੀਆਂ ਸੀ, ਮੈਂ ਕਿਉਂ ਉਹਨਾਂ ਦੇਜ ਦਾ ਸਮਾਨ ਦੇਵਾਂ ਤੈਨੂੰ? ਲੈ ਉਹ ਗੱਲ ਸੁਣ, ਪੇਕੇ ਕਿਹੜਾ ਸਾਰੀ ਜ਼ਿੰਦਗੀ ਤੁਸੀਂ ਪਰੋਲੀਆਂ ਲੈਂਦੇ ਰਹੇ ਹੋ, ਅੱਜ ਤੁਹਾਨੂੰ ਰਜਾਈਆਂ ਯਾਦ ਆ ਰਹੀਆਂ ਨੇ? ਬੜੀਆਂ ਰਜਾਈਆਂ, ਤੂੰ ਜਿਹੜਾ ਵਿੱਚ 8-8 ਕਿਲੋ ਚੁਰ ਸਾਹਿਬ, ਉਹ ਰਜਾਈਆਂ ਇਦਾਂ ਦੀਆਂ ਜਿੱਦਾਂ ਕਿਤੇ ਕਿਤੇ ਬੱਦਲ ਹੁੰਦਾ, ਵਿੱਚੋਂ ਦੀ ਟੀਵੀ ਵੇਖ ਲੈਂਦਾ ਬੰਦਾ, ਇਹੋ ਜਿਹੀਆਂ ਰਜਾਈਆਂ ਦਿੱਤੀਆਂ ਮਗਰ ਉਹ ਲਾਇਆ ਇਹਨੂੰ ਕਿਤੇ ਵੇ ਟੁੱਟ ਪੈਣੇ ਆ। ਵਿਆਹ ਤੋਂ ਪਹਿਲਾਂ ਤਾਂ ਮੈਨੂੰ ਬੜੀ ਚੰਗੀ ਲੱਗਦੀ ਸਾਂ। ਆ ਕੁੜੀਏ, ਆ ਕੁੜੀਏ, ਇੱਥੇ ਨਹੀਂ ਇਦਾਂ ਬੋਲਣਾ ਹੈਗਾ, ਸਮਝ? ਆਰਾਮ ਨਾਲ ਗੱਲ ਕਰਨੀ ਆ, ਤੇਰਾ ਉਹ ਬਜਾਜੀ ਖੁਦਾ ਆ, ਸਮਝ ਲਈ, ਤੇਰੇ ਸਿਰ ਦਾ ਸਾਈ ਆ, ਉਹਦੇ ਸਾਹਮਣੇ ਕਮਲੀਏ ਇਦਾਂ ਨਹੀਂ ਬੋਲੀਦਾ ਹੁੰਦਾ। ਤੂੰ ਤਾਂ ਚੌਧਰੀ ਸਾਹਮਣੇ ਨਹੀਂ ਹੱਟਣ ਡਈ ਹੈਗੀ ਤੇ ਤੂੰ ਘਰ ਕੀ ਹਾਲ ਕਰਦੀ ਹੋਏਂਗੀ? ਇਦਾਂ ਹੀ ਕਰਦੀ ਆ, ਇਦਾਂ ਹੀ ਕਰਦੀ ਆ। ਜਦ ਮੈਂ ਗੱਲ ਕਰਨੇ ਆਇਆ ਤੇ ਇਦਾਂ ਦਾ ਕੀ ਮਕਸਦ ਹੋਇਆ? ਇੱਕ ਮਿੰਟ ਚੌਧਰੀ, ਸਮਝ ਲੱਗੀ ਕਿ ਨਹੀਂ? ਉਹ ਤੇਰਾ ਮਜਾਜੀ ਖੁਦਾ ਵਾ, ਨਹੀਂ ਤਾਂ ਮੈਨੂੰ ਸਮਝੀ ਜਾ। ਹਾਂ ਚੱਲ ਇਦਾਂ ਕਰ, ਓਏ ਆਪਣਾ ਮੂੰਹ ਬੰਦ ਕਰ ਲਾ, ਤੈਨੂੰ ਮੈਂ ਦੱਸ ਦਵਾਂ। ਅੱਛਾ 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 ਅੱਛਾ, ਬਕਵਾਸ ਕਰਦਾ ਆ। ਬਾਹਰ ਗਲੀ 'ਚ ਆਉਂਦਾ ਸਬਜ਼ੀ ਵਾਲਾ, ਸਬਜ਼ੀ ਵਾਲਾ, ਵੀ ਅੰਮੀ ਕਹਿੰਦੀ ਆ ਵੀ ਕੁੜੀਏ ਕੋਈ ਮੁੰਡਾ ਘਰ ਹੋਵੇ ਉਹਨੂੰ ਬੁਲਾ ਲੈ, ਉਹਨੂੰ ਭੇਜ ਕੇ ਸਬਜ਼ੀ ਲੈ ਲਾ। ਇਹਨੇ ਬੂਹਾ ਪੂਰਾ ਖੋਲ ਕੇ ਆਪਣਾ ਵਿਖਾ ਕੇ ਪਿਛਲਿਆਂ ਨੂੰ ਵਿਖਾ ਕੇ ਤੇ ਫਿਰ ਸਬਜ਼ੀ ਲੈਣੀ ਹੁੰਦੀ ਆ। ਕਿਉਂ ਕੁੜੀਏ, ਹੈ ਅੱਜ ਕੱਲ ਦਾ ਫੈਸ਼ਨ ਹੈਗਾ? ਕਿਹੜਾ ਫੈਸ਼ਨ? ਅੱਜ ਕੱਲ ਦਾ ਕਿੰਨੀ ਦੇਰ ਤੱਕ ਪਰਦੇ 'ਚ ਰਵਾਂ? ਮੈਂ ਸੋਹਣੀ ਨਖੱਟੀਆਂ ਨਖੁੱਟਿਆ ਕਿਤੇ ਮੈਂ ਤੇ ਕਾਲੇ ਬਾਂਦਰ ਨਾਲ ਬੰਨੀ ਗਈ? ਜੇ ਇਹਦਾ ਮਕਸਦ ਆ ਵੀ ਜਿਹੜੀਆਂ ਬੱਚੀਆਂ ਸੋਹਣੀਆਂ ਆ ਉਹ ਆਪਣੀ ਮਰਜ਼ੀ ਕਰਨ, ਕਮਲੀ ਹੋਈ ਆ ਤੂੰ, ਖਾਮਤ ਦੀ ਗੱਲ ਮੰਨਣੀ ਆ ਖਾਮਤ ਦੀ। ਚੋਈ ਸਾਹਿਬ ਸਾਰਾ ਦਿਨ ਘਰੋਂ ਬਾਹਰ ਰਹਿੰਦਾ, ਮੇਰੇ ਕਿਹੜਾ ਬੱਚੇ ਹੈਗੇ ਨੇ? ਆ ਦੇਖ ਜਿਹੜੀ ਬੁੱਢੀ ਨਹੀਂ ਹੈਗੀ ਕਿੱਦਾਂ ਵਿਚਾਰਾ ਕਮਲਾ ਹੋਇਆ। ਨਾ 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 ਨਾ, ਸ਼ਬੀ ਰੋਈ ਨਾ, ਮੇਰਾ ਆਸਾ ਨਿਕਲ ਜਾਣਾ, ਰੋਈ ਨਾ ਮੇਰਾ ਪੁੱਤ, ਉਹ ਕੈਸਾ ਤੇਰਾ ਗੁਜਵਾ ਜਿਹਾ ਮੂੰਹ ਆ, ਰੋਈ ਨਾ ਮੇਰਾ ਪੁੱਤ, ਰੋਈ ਨਾ, ਬਸ 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 ਦੇਖ। ਮੈਂ ਕਿ ਤੂੰ ਵੀ ਕੁਝ ਬੋਲ ਲੈ। ਆ ਵੇਖ, ਆ ਇਹ ਇਹ ਇੱਕ ਚੀਜ਼ ਦਾ ਡੰਗਿਆ, ਤੈਨੂੰ ਪਤਾ ਕਿਹੜਾ? ਇਹਦਾ ਵਿਆਹ ਹੋਇਆ ਸੀ, ਫਿਰ ਇਸ ਕਮਲੇ ਨੇ ਮੇਰੀ ਗੱਲ ਨਹੀਂ ਮੰਨੀ, ਸਮਝ ਲੱਗੀ ਕਿ ਨਹੀਂ? ਚੋਰੀ ਨਾ ਮਸ਼ਵਰਾ ਨਹੀਂ ਕੀਤਾ, ਆਪਣੀ ਬੁੱਢੀ ਨੂੰ ਛੋਟੀ ਜਿਹੀ ਗੱਲ ਤੋਂ ਤਲਾਕ ਦੇ ਦਿੱਤੀ। ਕਿਹੜੀ ਗੱਲ ਤੋਂ? ਉਹ ਕਿਤੇ ਰੋਟੀ ਉੱਚੀ ਜਗ੍ਹਾ ਤੇ ਰੱਖਦੀ, ਇਹਦਾ ਹੱਥ ਨਹੀਂ ਸੀ ਜਾਂਦਾ, ਇਹਨੇ ਉਹਨੂੰ ਤਲਾਕ ਦੇ ਦਿੱਤੀ। ਸਿਰਫ ਨਾ ਇਹ ਮੁੰਡਾ ਜਿਹੜਾ ਨਾ, ਇਹਦੀ ਮੈਨੂੰ ਸਮਝ ਨੀ, ਛੋਟਾ ਕਰਦਾ ਨਾ। ਕੱਲ ਇਹਨੂੰ ਮੈਂ ਦੁੱਧ ਲੈਣ ਭੇਜਿਆ, ਮਹਿਮਾਨ ਆ ਗਏ ਕਿਤੇ ਪਹੁੰਚਾਤਾ, ਤੈਨੂੰ ਤਾਂ ਪਤਾ ਹੀ ਆ, ਇਹਨੂੰ ਮੈਂ ਦੁੱਧ ਲੈਣ ਭੇਜਿਆ, ਇਹ ਕੜਾਈ ਥੱਲੇ ਹੋ ਕੇ ਆ ਕੇ ਨਾ ਦੁਕਾਨ ਬੰਦ।
अपनी बंद कर छवि चल पर हो बैठ कुत्ते आ गया मेरी वास कट दो मैं जावा लकड़ दी लाता भी पैदल नहीं जा सकता है मोटरसाइकिल लैके दी किस्त आखिर उन्हें देनिया आ कि ना रोवे भाई यार जो भी है तू इन इतने राजी रख अगे को बिछू पुछण गए कबर चुप कर जा काका चुप कर जा मेरी गल सुनो चोई साहब मैं फैसला तू सीट ते खलोना है अशरफ दे हमाम ते चल जा एक सीट खाली चुप करके खलो जा मैं देखता तेन कौन रोकता है चोरी का नाल है भावा तू अठ दिन सीट से खलोता रहा जा चल जा सीट दे तेन सीट ही देना जा लै जा ही नहीं पैना उ मैं खिलोना जाके की मतलब तू आप मैं चेयरमैन की सीट से खिलोना चौधरी बने सानू पुछ के वेख असीं किन्ने पैसे ला के चौधरी बने आ सही गल अल्लाह दी मेहरबानी पूरे पिंड दे विच असीं वोटा खरीदियां सही गल ठीक है कि नहीं जिहड़े बंदे नहीं विकण वाले ओह देनी इंज दे आ बंदे विक जांदे आ सारी जिंदगी तेरा प्यो बीमारी ना लड़िया तू इलेक्शन लड़न लगा मैं भी दो साल वे लड़िया तू बार्डर से लड़े शहीद होवे ते लोकी तेन सलाम करन तेन इनाम मिलन बाहर किते तेन सलामिया होन एदा मरन दा की फायदा है अपने सोने मुल्क तो जान दियो जे देनी है ता बार्डर तो गाजी कोई नहीं आउंदा है सारे काम गए तेन उदन भेजना जिदन उन्होंने काम जाना है कोई साहब मैं भी काफर नाल लड़न गया सीगा पांच सत काफर मैं मारे एक ने मैनू फिर गोली मारी मैं शहीद हो गया अच्छा हां ते शहीद जिंदा होंदे ना तां बैठा बोली ना जा कर कमले कहते वड्डा चौधरी नहीं नहीं अस्तहा क्या इन्हें मुंडिया तू इलेक्शन ते नहीं खड़ा होना रंग बिरंगिया जनानिया लेडी बागे ने इलेक्शन लड़ना है एडा कि एडा सोहना ने भी जरा कुड़ियां पिछे फिर दया कमली हो तू शुक्र कर तू मूह लाउंदी आ सीधी साफ गल तू इलेक्शन नहीं पुत लड़ना आहो ठीक है कि नहीं ना महल्ले च किसी ने लड़ना ते ना अपनी बुढ़ी ना लड़ना ना अपनी वालदा ना लड़ना ਤੁਹਾਡੇ ਕਹਿਣ ਤੇ ਹਾਂ ਤੇ ਇਹਨੂੰ ਵੀ ਕਹੋ ਕਿ ਤੁਸੀਂ ਰਣਮਰੀਦ ਹੋ ਜਦ ਮੈਂ ਤੈਨੂੰ ਸਮਝਾਉਣ ਦਿਆਂ ਆਹ ਉਧਰ ਵੀ ਤੇ ਜਾਣਾ ਕਿ ਨਹੀਂ ਆਹ ਤੂੰ ਇਲੈਕਸ਼ਨ ਨਹੀਂ ਲੜਨਾ ਤੂੰ ਕਾਕਾ 9 ਵਜੇ ਕੰਮ ਤੇ ਜਾਣਾ
शामी 9 बजे आना ਜਿਹੜੇ ਕੰਮ ਤੇ ਤੂੰ ਜਾਣਾ ਆ। मैनू ਤਾਂ ਮਾਨ ਆ ਇਹਦੀਆਂ ਗੱਲਾਂ ਸੁਣ ਕੇ ਮੈਨੂੰ ਆਪ ਖੌਫ ਆਉਣ ਲੱਗ ਪਿਆ ਸਾਹਿਬ। ਕਬਰ ਦਾ ਅਜ਼ਾਬ ਬਹੁਤ ਬੁਰਾ, ਮੇਕਅਪ ਕਰਨ ਵਾਲੀ ਗਾ ਤੇ ਪੈੜਾ ਜੇ ਨਹੀਂ 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 ਕਰਕੇ ਉਸ ਦੇ ਨੇ ਲਪੇਟਣਾ ਇਹਨੂੰ। ਹੁਣ ਤੂੰ ਆਣਾ ਇਹਨੇ ਲਪੇਟਣਾ। तू अपने खाम दी इज्जत कर, इज्जत करेगी जन्नत फिर भी नहीं जन्नत जाना। की गल आ नुकर आली तू पार्लर कड़ना आ है जो उधर चौंक लगता है लोगों ने आना जाना है। तू मरना है जा तू कि अपने इरादे ना मन जान जावे जा मरन मेरे दुश्मन मरन तेरे अगले पिछले मेनू मेरे अगले पिछले वो मर गया तू चले जा तेरा ना फाड़ पाया चुप कर जा एड़ा नहीं मर सकदे ओए चुप कर जा बदतमीज कर मेरी गल ना 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 ओए मुंडिया मैं तेनु कहन दे खबरदार जे लड़ना ओ कबर पावे छत ते बना लवे उत्ते भी चढ़ जाने बिछू टेंशन नहीं लेनी तू शफी। हां जी तू इदा कर। हां जी तू ना वड्डी बच्ची वाला होया हां ते फिर मैं तेरे नाल गल करदा जा। नहीं नहीं कोई साहब गल किसे पासे को मुकण दे तेरा रौला है विच बस इनु कहो नेक होवे ते गल मकाउनी है ते मेरा ब्याह होर कराओ। मैं आके ए होजी जनानी तो चल कुड़िए फिर इदा कर ला। ओए किन्ना ब्याह होर कराओ तेरे नाल रहना कौन चांदा है ए ते पहले दा तू छड़ दे मैं रह लूंगा पई ते की जमे च भेजदा बंदोबस्त कर ला अपना की बंदोबस्त चोरी का गुड़ खाई जाना जन्नत के दावे करने देखो लौर बारिश हो रही है कमले आ जा जाके पत्ती है गई है चीनी दुध इन्हू जाला चाह पी चोई साहब मैं सुनया कहते पहले बिछुआ ने नक खाना खाना तू मेनू सिर्फ इनी गल दस दे चोई साहब मैं सिर्फ इना कह रहा इनू पता नहीं कुड़ी नू कबर दा अज़ाब किला पूरा मेरे को मेरे को भी नहीं समझ दी। ला जी हुण इह रौला जिहड़ा ना इह जिथे मैं कहा ना पुत्त ओए सुन ला गल चोरी मेरे ना महीने दे पैसे मुक मैं ओ दे देंगा तेरी तनखा किन्नी आ मेरी तनखा 4600 रुपया हफ्ता कटदा मैं 4600 दा हफ्ता। हां जी ते तू ना 1600 मेनू देणा आ उतला क्योंकि मेनू ओना चाहिदा ते 3000 रुपये दे विचों ना 2500 इहनू देणा आ ते 500 मेरे मुंशी नु देणा 500 रुपया ते 700 रुपया ते करो कम से कम। नहीं नहीं ओ 100 मेरे को ले ले चल ठीक 700 600 ते तू 1600 देना। हां 16 सदके दी सिरी भी ले ले। नहीं 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 सदके दी सिरी दी अगे दी सिरी बगैर मगज ते नहीं कड्या जे मगज कड्या ओ नहीं सानू लैन दे उधर बशीर मरे दे कपड़े ले आ ते हजे तक सानू लोकी मेने मारन डए आ। अच्छा अच्छा छड़ दे तू चल ठीक साहब तन्नू पा के खारिश हो गई सी ना। हां ओ काका चुप कर जा अपनी अच्छा
तेन कोई पूछे ना मन रबो का अगो की कहेगी बस कर बस कर पुत तेरे नक्शा तो लगता कुड़ी ने पक्के ही जाना लगता मन दीनों का पक्के जवाब नमाज पढ़िया कर दुखा छबी तो सप मेरे तो भी बुरे होने इंज लपेटे चाह लतों छबी कर ले तेरी जनानी नु छेड़ रहे अपनी बेगम नू दिया कर पच्ची सौ रुपया तू साइकिल ते जाया कर तेरी लत्तां टुटियां ने मेरा बस चले ना तेनू मैं खोता रेड़ी ते गल्ला कीड़े मारन कीड़े चिबड़ मैं जाना मेरा दिल ही लगना उ फैशन कर चाहिए सादगी सिर्फ और सिर्फ अपने बंदे फैशन कर अपने घर फैशन कर दी वाल कटवादियां ने यह दोजख की निशानी है ठीक है ना ते नेक बन के रहना अपने बंदे दे नाल ठीक है फैशन ते लाउंदी आ ना 5 किलो महीने दा दूध लग जांदा रोज दा अच्छा जी हां ते होर की तू की गल आ कुजियां ठूटियां भर के बंददा आ 5 किलो दूध तेरा लग जांदा चोर सर रोज दा 5 किलो होर महीने दा 150 किलो बन जांदा तेरा न्याणे आ तेरे भी उहनां नूं तू पाईया पाईया पलाउना आ 5 किलो दूध की करना तुसी मियां बीवी आ ठीक है कि नहीं नाल तुहाडी वालदा आ आधा किलो नहीं ते किलो दूध दे विच सर जांदा सही गल आ ते नाले इलेक्शन जदों तू लड़ना तू सोच लिया तू अपने बंदे दा साथ दे हां इलेक्शन लड़न दे साथ देना ये इन्हें मेरे नाल झूठ बोलया की झूठ बोलया इन्हें क्या मैं इन्हें कैसे मेरी भैन की शादी है कि मैं फ्रिज देनी है एक साल हो गया मेरी भैन दे सिर ते बैठी है हाले तक इन्हें फ्रिज दा वादा नहीं पूरा किया इन्हें मैं खेल इलेक्शन च खलोन देवा फ्रिज काका तू मनया तू ना बैठ दई आ मैं कह चलो उन्नी देर मोटरसाइकिल दी किस्तां ला लेना ओदी भी केदी चैन लथन लग पई है तू फ्रिज नहीं ना दित्ती तू बर्फ वाले कोले दई आ आओ फैसला कर देना तेरे को कांटे है सोने के मैं मैं अपनी बुढ़ी नूं देने पागल होए एक ब्लेड लै बुढ़ी दे कान ही ला दे है 3 रुपए का ब्लेड आना है कान ला दे 26,000 रुपए संगारना चाहना है चौधरी साहब तेरी बुढ़ी सोहनी है हां मेरी बुढ़ी तू वेखे कि तेरी भैन पासे अरगा मूह दगाड़े अरगे नक्शा अभी फिर गुजारा कर दे मेरी बुढ़ी वेख ला यार कल मेरी सालगिरह सी मेरी बुढ़ी मैनूं कहिंदी गिफ्ट की लैणा मैं क्या मेरी इज्जत कराया कर
ਕਹਿੰਦੀ ਨਹੀਂ ਮੈਂ ਤਾਂ ਗਿਫਟ ਹੀ ਦੇਣਾ, ਇੱਜ਼ਤ ਨਹੀਂ ਕਰਦੀ। ਤੁਸੀਂ ਏਡੇ ਬਦਨਸੀਬ ਲੋਕ ਹੋ, ਆਪਣੀ ਜਨਾਨੀ ਜਿੱਡੀ ਮਰਜ਼ੀ ਸੋਹਣੀ ਹੋਵੇ ਤੁਹਾਨੂੰ ਲੋਕਾਂ ਦੀਆਂ ਜਨਾਨੀਆਂ ਹੀ ਸੋਹਣੀਆਂ ਲੱਗਦੀਆਂ ਨੇ। ਨਾ 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 ਨਾ, ਤੁਹਾਡੀ ਇੰਨੀ ਖਿਦਮਤ ਕਰਦੀਆਂ ਨੇ ਕਮਲੇ। ਅੱਜ ਤੁਸੀਂ ਕਿਸੇ ਦੀ ਧੀ ਨੂੰ ਵੇਖੋਗੇ ਨਾ ਤੇ ਆਪਣੇ ਘਰ ਵੀ ਧੀਆਂ। भाई साहब मुझे एक पैकेट मूली वॉशिंग पाउडर दीजिएगा। आप ये वाला ले। नहीं ये वाला नहीं, असली मूली वॉशिंग पाउडर। एक ही बात है, वजन में ज्यादा, कीमत में कम और पैकिंग कितनी जबरदस्त। एक ही बात है, असल नोट से कीमत कम है लेकिन देखो चमक कितनी जबरदस्त है। दुकानदार से खरीदारी करते वक्त इस बात की तसल्ली कर लें कि आप मूली के निशान वाला मूली वॉशिंग पाउडर ही खरीद रहे हैं, जिसका जबरदस्त फॉर्मूला दे कपड़ों की ऐसी उजली धुलाई जो किसी आम